ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਸਾਹਿਬਾਨ ਅਤੇ ਪਨਾਲ ਵਿੱਚ ਬੈਠੇ ਬਜ਼ੁਰਗੋ ਬੱਚਿਓ ਮਤਾਓ ਭੈਣੋ ਤੇ ਨੌਜਵਾਨ ਵੀਰੋ ਬਹੁਤ ਸਾਰੇ ਸਾਡੇ ਆਗੂਆਂ ਨੇ ਕੱਲ ਦੀਆਂ ਜੋ ਘਟਨਾਵਾਂ ਵਾਪਰੀਆਂ ਨੇ ਉਹਦੇ ਬਾਰੇ ਆਪਣੀ ਵਿਆਖਿਆ ਸਾਹਿਬ ਤੁਹਾਡੇ ਨਾਲ ਗੱਲ ਕੀਤੀ ਹੈ। ਮੈਂ ਸਿਰਫ ਇੱਕ ਗੱਲ ਦੇ ਉੱਤੇ ਆਪਣਾ ਜ਼ੋਰ ਦੇਣਾ ਚਾਹੁੰਦਾ, ਬਾਕੀ ਗੱਲਾਂ ਆ ਗਈਆਂ ਕਿ ਅਸੀਂ ਪੰਜਾਬ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ ਜਦੋਂ ਆਏ ਆ ਸਾਡੇ ਸਾਹਮਣੇ ਮੁੱਖ ਤੌਰ ਤੇ ਚਾਰ ਚੀਜ਼ਾਂ ਸੀ। ਪਹਿਲੀ ਗੱਲ ਤਿੰਨ ਕਾਲੇ ਕਾਨੂੰਨ ਰੱਦ ਕਰਾਉਣੇ, ਦੂਸਰੀ ਗੱਲ ਸਾਰੀਆਂ ਜਿਨਸਾਂ ਦੇ ਭਾਅ ਘੱਟੋ ਘੱਟ ਸਮਰਥਨ ਮੁੱਲ ਮੁਤਾਬਕ ਲੈਣੇ, ਜਿਹੜਾ ਇੱਕ ਫਾਰਮੂਲਾ ਹੈ ਸਵਾਮੀਨਾਥਨ ਦਾ ਉਹਦੇ ਮੁਤਾਬਕ ਬਿਜਲੀ ਬਿੱਲ 220 ਰੱਦ ਕਰਾਉਣਾ ਅਤੇ ਨਾਲ ਹੀ ਜਿਹੜਾ ਪਰਾਲੀ ਵਾਲਾ ਮਸਲਾ ਉਹ ਹੱਲ ਕਰਾਉਣਾ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਕੱਲ ਸਾਡੇ ਵਿੱਚੋਂ ਜਿਹੜੀਆਂ ਤਾਕਤਾਂ ਨੇ ਉਹਦੇ ਭਾਵੇਂ ਦੀਪ ਸਿੱਧੂ ਹੈ ਜਾਂ ਹੋਰ ਕਿਸਾਨ ਜਥੇਬੰਦੀ ਹੈ, ਕੀ ਉਹਨਾਂ ਨੇ ਇਹ ਚਾਰ ਕਾਨੂੰਨਾਂ ਦੀ ਕੋਈ ਪਰਵਾਹ ਕੀਤੀ ਹੈ ਚਾਰ ਮੰਗਾਂ ਦੀ? ਕੀ ਉਹਨਾਂ ਨੇ ਇਹ ਚਾਰੇ ਮੁੱਦੇ ਜਿਹੜੇ ਸਾਡੇ ਕਿਸਾਨਾਂ ਦੀ ਇੰਨੇ ਮਹੀਨਿਆਂ ਦੀ ਲੜਾਈ ਨਾਲ ਜੁੜੇ ਹੋਏ ਸੀ, ਕੀ ਉਹਦੀ ਕੋਈ ਪਰਵਾਹ ਕੀਤੀ ਹੈ ਉਹਨਾਂ ਨੇ? ਜੇ ਨਹੀਂ ਕੀਤੀ ਤਾਂ ਸਾਡਾ ਫਰਜ਼ ਬਣਦਾ ਕਿ ਜਿਹੜੇ ਬਜ਼ੁਰਗ ਮਾਤਾ ਤੇ ਮਾਤਾਵਾਂ ਸਾਡੀਆਂ ਭੈਣਾਂ ਸਾਡੀਆਂ ਜਿਹੜੇ ਪਿਛਲੇ ਸੀ 6-7 ਮਹੀਨਿਆਂ ਤੋਂ ਪੰਜਾਬ ਚ ਲੜਾਈ ਲੜ ਰਹੇ ਆ, ਫਿਰ ਪੂਰੇ ਦੇਸ਼ ਚ ਲੜਾਈ ਲੜ ਰਹੇ ਆ, ਫਿਰ ਉਹਨਾਂ ਦਾ ਸਾਡੇ ਨਾਲ ਰਿਸ਼ਤਾ ਕੀ ਹੈ? ਉਹਨਾਂ ਦਾ ਰਿਸ਼ਤਾ ਕੀ ਹੈ ਸਾਡੇ ਮੁੱਦਿਆਂ ਨਾਲ? ਉਹਨਾਂ ਦਾ ਰਿਸ਼ਤਾ ਕੀ ਹੈ ਸਾਡੀ ਲੜਾਈ ਦੇ ਨਾਲ? ਉਹਨਾਂ ਦਾ ਰਿਸ਼ਤਾ ਕੀ ਹੈ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਉਹਨਾਂ ਦੇ ਨਾਲ? ਕਿਉਂਕਿ ਮੈਦਾਨ ਦੇ ਵਿੱਚ ਚੀਜ਼ਾਂ ਸਪਸ਼ਟ ਹੁੰਦੀਆਂ ਨੇ, ਇਹ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਦੇ ਮੁੱਦਿਆਂ ਦੇ ਬਾਰੇ ਕੀ ਸਟੈਂਡ ਲੈਂਦੇ ਹੋ। ਯਾਨੀ ਕੱਲ ਜੋ ਹੋਇਆ ਉਹਦੇ ਵਿੱਚ ਇਹਨਾਂ ਤਾਕਤਾਂ ਨੇ ਸਾਡੇ ਸੰਘਰਸ਼ ਦੇ ਵਿੱਚ ਸਾਡੀ ਏਕਤਾ ਦੇ ਵਿੱਚ ਛੁਰਾ ਕੋਪਣ ਦੀ ਕੋਸ਼ਿਸ਼ ਕੀਤੀ ਹੈ। ਸੋ ਭਰਾਵੋ, ਮੈਂ ਸਾਰੇ ਸਾਥੀਆਂ ਨੇ ਬੋਲਤਾ, ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਇਹ ਲੜਾਈ ਜਿੱਥੇ ਇਹ ਕੁਛ ਦਿਨਾਂ ਚ ਨਿਬੜਨ ਵਾਲੀ ਸੀ, ਉਹਨਾਂ ਨੇ ਇਸ ਲੜਾਈ ਨੂੰ ਹੋਰ ਲੰਬਾ ਕਰਤਾ। ਇਹ ਸਰਕਾਰ ਨੇ ਨਹੀਂ ਕੀਤਾ, ਸਰਕਾਰ ਦੇ ਨਾਲ ਮਿਲ ਕੇ ਇਹਨਾਂ ਤਾਕਤਾਂ ਨੇ ਕੀਤਾ। ਉਹਨਾਂ ਦੇ ਜਿਵੇਂ ਪਹਿਲਾ ਬੁਲਾਰਾ ਕਹਿ ਕੇ ਗਿਆ ਕਿ ਕਿਵੇਂ ਐਲਾਨ ਹੋਏ ਕਿ ਇੰਨੇ ਡਾਲਰ $2,50,000 ਦਿੱਤੇ ਜਾਣਗੇ, ਤੇ ਕਿਵੇਂ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਸਾਡੇ ਸਮਝਾਉਣ ਦੇ ਬਾਵਜੂਦ ਵੀ ਰਚੀਆਂ ਗਈਆਂ। ਸੋ ਮੈਂ ਆਪਣੀ ਜਥੇਬੰਦੀ ਵੱਲੋਂ ਵੀ, ਸੰਯੁਕਤ ਕਿਸਾਨ ਮੋਰਚੇ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਮੋਰਚੇ ਵੱਲੋਂ ਤੁਹਾਨੂੰ ਅਪੀਲ ਕਰਦਾ ਭਰਾਵੋ ਕਿ ਆਓ ਇਹਨਾਂ ਤਾਕਤਾਂ ਦਾ ਵਿਰੋਧ ਕਰੀਏ। ਉਹ ਚਾਹੇ ਦੀਪ ਸਿੱਧੂ ਹੈ, ਚਾਹੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਅਸੀਂ ਹੁਣ ਮੀਟਿੰਗਾਂ ਕਰਾਂਗੇ ਅੱਜ, ਉਹਦੇ ਵਿੱਚ ਹਿਸਾਬ ਕਿਤਾਬ ਕਰਾਂਗੇ ਕਿਹੜੇ ਵਿਅਕਤੀ ਨੇ, ਕਿਹੜੀ ਜਥੇਬੰਦੀ ਨੇ ਕੀ ਰੋਲ ਨਿਭਾਇਆ ਕੱਲ ਸਾਡੇ ਸੰਘਰਸ਼ ਦੇ ਵਿੱਚ ਇੱਕ ਤਰ੍ਹਾਂ ਦਾ ਰੋਲਾ ਬਣਦਾ, ਉਹਦੇ ਨਾਲ ਹਿਸਾਬ ਕਿਤਾਬ ਕਰਕੇ ਉਹਨਾਂ ਨੂੰ ਓਨੀ ਅਸੀਂ ਸਜ਼ਾ ਜ਼ਰੂਰ ਦੇਵਾਂਗੇ ਜਿੰਨੀ ਉਹਨਾਂ ਦਾ ਹੱਕ ਬਣਦਾ। ਕੀ ਤੁਸੀਂ ਸਹਿਮਤ ਹੋ ਕੇ ਸਜ਼ਾ ਦਿੱਤੀ ਜਾਵੇ? ਸੋ ਅਸੀਂ ਹੁਣੇ ਮੀਟਿੰਗਾਂ ਕਰਨ ਲਈ ਜਾ ਰਹੇ ਹਾਂ। ਇਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੈਸ ਸਪਸ਼ਟ ਕਰ ਦਾਂਗੇ ਅੱਜ ਹੀ ਕਿ ਕਿਹਦਾ ਕਿੰਨਾ ਕਸੂਰ ਹੈ, ਕਿਉਂਕਿ ਤੁਸੀਂ ਜਿਸ ਖੂਨ ਦਵਾਈ ਦੇ ਨਾਲ ਗੁਜ਼ਾਰਾ ਨੂੰ ਅਸੀਂ ਚੱਲਦੇ ਬੰਦੀਆਂ ਲੜ ਰਹੇ ਸੀ ਕਿ ਸਾਡੀਆਂ ਜਿਨਸਾਂ ਨਾਲ ਰੁੱਟੀਆਂ ਜਾਣ, ਸਾਡੀਆਂ ਫਸਲਾਂ ਨਾਲ ਠੀਕ ਭਾਅ ਮਿਲ ਜੇ, ਸਾਡੀ ਕਰਜ਼ੇ ਦੀ ਪੰਡ ਹੌਲੀ ਹੋ ਜੇ, ਸਾਡੇ ਕਾਲੇ ਕਾਨੂੰਨਾਂ ਦਾ ਅਸਰ ਹੋਰ ਸਾਨੂੰ ਤੰਗ ਕਰੂਗਾ, ਉਹਨਾਂ ਨੂੰ ਵਾਪਸ ਕਰਾ ਦਈਏ। ਸੋ ਉਸ ਲੜਾਈ ਦੇ ਵਿੱਚ ਇਹਨਾਂ ਵਿਅਕਤੀਆਂ ਤੇ ਜਥੇਬੰਦੀਆਂ ਨੇ ਸਾਡੇ ਪਿੱਠ ਚ ਚੁਰਾ ਨਹੀਂ ਮਾਰਿਆ, ਸਾਡੇ ਨਾਲ ਧੋਖਾ ਕੀਤਾ, ਗਦਾਰੀ ਕੀਤੀ ਹੈ, ਬੇਈਮਾਨੀ ਕੀਤੀ ਹੈ। ਸਾਡੇ ਕਿਸਾਨ ਜਿਹੜੇ ਲਗਾਤਾਰ ਠੰਡ ਦੇ ਵਿੱਚ, ਮੀਂਹ ਪੈਂਦੇ ਦੇ ਵਿੱਚ, ਝੱਖਰਾਂ ਦੇ ਵਿੱਚ ਇੱਥੇ ਰਹਿ ਰਹੇ ਸੀ, ਉਹਨਾਂ ਸਾਰਿਆਂ ਦੇ ਨਾਲ, ਸਾਡੇ ਨਾਲ ਨਹੀਂ ਜਥੇਬੰਦੀਆਂ ਨਾਲ, ਤੁਹਾਡੇ ਸਾਰਿਆਂ ਦੇ ਨਾਲ, ਆਪਣੇ ਸਾਰਿਆਂ ਦੇ ਨਾਲ ਇਹਨਾਂ ਨੇ ਧੋਖਾ ਕੀਤਾ ਤੇ ਗਦਾਰੀ ਕੀਤੀ ਹੈ। ਆਓ ਇਹੋ ਜਿਹੀਆਂ ਤਾਕਤਾਂ ਤੋਂ ਸੁਚੇਤ ਰਹੀਏ। ਮੇਰੇ ਪਹਿਲੇ ਬੁਲਾਰੇ ਰਾਜੇਵਾਲ
ਸਪਸ਼ਟਤਾ ਕੀਤੀਆਂ ਨੇ। ਅਸੀਂ ਖਾ ਖਪਦਿਆਂ ਜ਼ਿੰਦਗੀ ਹੰਡਾਰੀ ਆਪਣੀ, ਸਾਨੂੰ ਕੋਈ ਪਰਵਾਹ ਨਹੀਂ ਮੌਤ ਦੀ। ਹੁਣ ਮੌਤ ਕੱਲ ਨੂੰ ਆਉਣੀ ਹੈ, ਅੱਜ ਆਵੇ, ਅਸੀਂ ਮੌਤ ਤੋਂ ਨਹੀਂ ਡਰਦੇ। ਸੋ ਸੌ ਖਾ ਕੇ ਚੱਲੇ ਸੀ ਕਿ ਇਸ ਲੜਾਈ ਨੂੰ ਜਿੱਤਾਂਗੇ, ਜਿੱਤਾਂਗੇ, ਜਿੱਤਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀ ਸਰਕਾਰ, ਮੋਦੀ ਸਰਕਾਰ।